ਤੁਹਾਡਾ ਹਰਪ੍ਰੀਤ ਜੀ ਮੈਂ ਤੁਹਾਡੀ ਕੀ ਰਿਸ਼ਤੇਦਾਰੀ ਸੀ ਮੇਰੇ ਨਾਲ ਇਹਨੂੰ ਮੈਂ ਪਾਂਜਾ ਜੀ ਜਗਤਾਰ ਸਿੰਘ ਅੱਜ ਮਾਮਾ ਸੀ ਮੇਰੇ ਜੀ ਇੱਧਰ ਜਿਹੜੀ ਇਹ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਤੋਂ ਤੁਸੀਂ ਸੰਤੁਸ਼ਟ ਹੋ ਨਹੀਂ ਬਿਲਕੁਲ ਨਹੀਂ ਹੈਗੇ ਸੰਤੁਸ਼ਟ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਕਹਿ ਰਹੇ ਹਾਂ ਜੋ ਆਪਣੇ 11 ਬੰਦੇ ਦੇ ਨਾਮ ਐਫ ਆਈ ਆਰ ਦੇ ਵਿੱਚ ਅਸੀਂ ਦਰਜ ਕਰਾਏ ਸੀ ਜੋ ਲਾਂਚ ਕੀਤੀ ਸੀ ਐਫ ਆਈ ਆਰ ਉਹਨਾਂ ਦੇ ਵਿੱਚ ਨਾ ਤਾਂ ਆਪਣੇ ਨਾਮ ਲਿਖੇ ਗਏ ਨੇ ਉਹਨਾਂ ਸੁਸਾਈਡ ਨੋਟ ਨਾਲ ਲਾ ਦਿੱਤਾ ਹੋਇਆ ਉਹਨਾਂ ਇਹ ਕਹਿ ਪਰਚੇ ਸੁਸਾਈਡ ਨੋਟ ਲਾ ਦਿੱਤਾ ਅਤੇ ਜੋ ਆਪਣੇ ਲਾਲ ਸਿੰਘ ਦੇ ਪਰਿਵਾਰ ਤੋਂ ਹੈ ਸਿਰਫ 5 ਮੈਂਬਰ ਉਹਨੇ ਗ੍ਰਿਫਤਾਰ ਹੋਏ ਨੇ ਅਤੇ ਬਾਕੀ ਕੋਈ ਗ੍ਰਿਫਤਾਰ ਨਹੀਂ ਕਰ ਰਹੇ ਰੋਜ਼ ਪੁਲਿਸ ਲਾਰੇ ਲਾ ਜਾਂਦੀ ਹੈ ਉਲਟਾ ਕੱਲ੍ਹ ਆਪਣੇ ਕੋਈ ਆਇਆ ਸੀ ਸਿਵਲ ਵਰਦੀ ਦੇ ਵਿੱਚ ਸੁਖਦੇਵ ਸਿੰਘ ਹੈਗੇ ਸੀ ਸਾਨੂੰ ਇਹ ਕਹਿ ਡੀ ਐਸ ਪੀ ਕਹਿ ਗਏ ਨੇ ਸਿਵਲ ਵਰਦੀ 'ਚ ਆਏ ਅਤੇ ਆਪਣੇ ਆਹ ਮੁੰਡੇ ਇਹਨਾਂ ਨੂੰ ਕਹਿ ਕੇ ਗਏ ਇੱਦਾਂ ਤੁਸੀਂ ਸੋਚ ਵਿਚਾਰ ਲਓ ਮਤਲਬ ਕਿ ਸੋਚ ਲਓ ਹਜੇ ਹਜੇ ਕੁਝ ਨਹੀਂ ਵਿਗੜਿਆ ਜੀ ਜਿੱਦਾਂ ਵੀ ਹੈਗਾ ਅਤੇ ਇਹ ਕਹਿ ਕੇ ਗਏ ਨੇ ਵੀ ਇੱਕ ਮੁੰਡਾ ਹੈਗਾ ਸੀ ਉਹ ਅਸੀਂ ਆਪਣੇ ਹਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਇਹਨਾਂ ਦੇ ਆਪਣੇ ਕਹਿ ਕੇ ਇਹਨਾਂ ਦੀ ਗੱਲ ਕਰਦੇ ਸੀ ਵੀ ਬਣਾ ਕੇ ਵੀ ਹਜੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਔਰ ਉਹ ਲੱਭਿਆ ਨਹੀਂ ਹਜੇ ਤੱਕ ਧਮਕੀਆਂ ਦੇ ਰਹੇ ਸੀ ਸਾਨੂੰ ਇੱਦਾਂ ਤਾਂ ਡਰਾਉਂਦੇ ਸੀ ਆ ਕੇ ਇੱਦਾਂ ਕਿਸ ਗੱਲ ਦੀ ਧਮਕੀ ਦੇ ਰਹੇ ਸੀ ਵੀ ਤੁਸੀਂ ਆਪਣੇ ਕਾਰ ਰਾਜੀਨਾਮਾ ਕਰ ਲਓ ਜੀ ਇੱਦਾਂ ਕਰ ਲਓ ਠੀਕ ਹੈ ਨਾ ਵੀ ਅਸੀਂ ਕਿਹਾ ਅਸੀਂ ਕੋਈ ਰਾਜੀਨਾਮਾ ਨਹੀਂ ਕਰਨਾ ਅਸੀਂ ਬੰਦੇ ਅਰੈਸਟ ਕਰਾਉਣੇ ਨੇ ਜੋ ਵੀ ਹੈਗਾ ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ ਵੱਖੋ ਬਹੁਤ ਲਾਲਚ ਦਿੰਦੇ ਪਏ ਨੇ ਸਾਨੂੰ ਆ ਕੇ ਵੀ ਇੱਦਾਂ ਕੌਣ ਲਾਲਚ ਦੇ ਰਿਹਾ ਕੌਣ ਧਮਕੀ ਦੇ ਰਿਹਾ ਕੱਲ੍ਹ ਸਿਵਲ ਵਰਦੀ ਦੇ ਵਿੱਚ ਆਏ ਸੀ ਮੈਂ ਗੱਲ ਕਰ ਦਿੱਤੀ ਹੋਈ ਹੈ ਜੀ ਸੁਖਦੇਵ ਸਿੰਘ ਜੋ ਹੈਗੇ ਸੀ ਆਏ ਸੀ ਇੱਦਾਂ ਇੱਦਾਂ ਸਾਨੂੰ ਕਹਿੰਦੇ ਪਏ ਸੀ ਲਾਲ ਕੀਤਾ ਜੀ ਉਹ ਜਿਹੜੇ ਬੰਦੇ ਫਰਾਰ ਹਾਂਜੀ ਜਿਹੜੇ ਬੰਦੇ ਫਰਾਰ ਅਕਾਲੀ ਲੀਡਰਾਂ ਦੇ ਆਪਣੇ ਉਹਦੇ 'ਤੇ ਗੱਲ ਆਈ ਹੈ ਭੋਲੋ ਵਾਲੇ ਆ ਤਾਂ ਉਹ ਇੱਥੇ ਫਿਰਦਾ ਸਾਨੂੰ ਜੀ ਸਾਰੀ ਸੀ ਆਈ ਡੀ ਆਈ ਜਾਂਦੀ ਇੱਥੇ ਫਿਰਦਾ ਜੀ ਅਤੇ ਕਿਉਂ ਨਹੀਂ ਪੁਲਿਸ ਗ੍ਰਿਫਤਾਰ ਕਰਦੀ ਵੀ ਕੀ ਕਾਰਨ ਹੈ ਸਾਰੇ ਬੰਦੇ ਇੱਥੇ ਫਿਰਦੇ ਜੀ ਜਿਹੜੇ ਸੁਸਾਈਡ ਨੋਟ ਵਿੱਚ ਨਾਮ ਸੀਗੇ ਹਾਂਜੀ ਉਹਨਾਂ ਪ੍ਰਤੀ ਪੁਲਿਸ ਦੀ ਕਿਹੋ ਜਿਹਾ ਰਵੱਈਆ ਕੀ ਕਾਰਵਾਈ ਕਰ ਰਹੀ ਹੈ ਉਹ ਕਹਿੰਦੇ ਪਏ ਜੀ ਅਸੀਂ ਜਾਂਚ ਕਰ ਰਹੇ ਹਾਂ ਉਹਨਾਂ ਦੀ ਅਤੇ ਸੁਸਾਈਡ ਨੋਟ ਜਿਹੜਾ ਹੈਗਾ ਜੀ ਉਹ ਫੋਰੈਂਸਿਕ ਉਹਨਾਂ ਦੇ ਲੈਬ 'ਤੇ ਚੱਲ ਰਹੀ ਹੈ ਜੀ ਜਾਂਚ ਉਹਨਾਂ ਦੀ ਅਤੇ ਉਹ ਹਜੇ ਤੱਕ ਜਾਂਚ ਹੀ ਨਹੀਂ ਕੰਪਲੀਟ ਹੋ ਰਹੀ ਉਹਨਾਂ ਦੀ ਕਿੰਨਾ ਚਿਰ ਹੋ ਗਿਆ ਜਾਂਚ ਚੱਲਦੀ ਨੂੰ ਕਦੇ ਕਹਿੰਦੇ ਤੇ ਇਹੀ ਕੰਪਲੀਟ ਹੋ ਗਈ ਆ ਜਾਂਚ ਹੋ ਗਈ ਆ ਆਪਣੇ ਸੁਸਾਈਡ ਨੋਟ ਹੀ ਨਹੀਂ ਕਦੇ ਕਹਿੰਦੇ ਸਹੀ ਹੈਗਾ ਜੋ ਸਾਈਨ ਹੈਗੇ ਨੇ ਉਹਨਾਂ ਦੇ ਆਪਣੇ ਕਰਨੇ ਅਸੀਂ ਦੇਖਣੇ ਆ ਵੀ ਕਿੱਦਾਂ ਸਹੀ ਹੈ ਜਾਂ ਨਹੀਂ ਉਹਦੀ ਜਿਹੜੇ ਜੇ ਕੋਈ ਦੱਸ ਰਹੇ ਜਿਵੇਂ ਕਿ ਵੀ ਜਾਂਚ ਹੋ ਗਈ ਉਹਦੀ ਕੋਈ ਰਿਪੋਰਟ ਤੁਹਾਨੂੰ ਦਿੱਤੀ ਉਹਨਾਂ ਨੇ ਨਹੀਂ ਕੋਈ ਰਿਪੋਰਟ ਨਹੀਂ ਦਿੱਤੀ ਜੀ ਸਾਨੂੰ ਹਜੇ ਕਦੇ ਕਹਿਣ ਦੇ ਸਹੀ ਨੇ ਜੀ ਕਦੇ ਕਹਿਣ ਦੇ ਗਲਤ ਨੇ ਬਸ ਲਾਰਿਆਂ ਦੇ ਵਿੱਚ ਲਾਈ ਜਾਂਦੇ ਨੇ ਸਾਨੂੰ ਕਿੰਨਾ ਚਿਰ ਹੋ ਗਿਆ ਜੀ ਜੇ ਸੰਸਕਾਰ ਵੀ ਸਾਡੇ ਨਾਲ ਉਹਨਾਂ ਨੇ ਧੱਕੇ ਨਾਲ ਮਿੱਠੀਆਂ ਮਰਾ ਕੇ ਕਰਾ ਲਿਆ ਜੀ ਜੇ ਫੁੱਲ ਵੀ ਚੁੱਕ ਗਏ ਨੇ ਫੁੱਲ ਵੀ ਉਹਨਾਂ ਨੇ ਇੱਦਾਂ ਕਰਾ ਲਏ ਕੁਝ ਵੀ ਨਹੀਂ ਕਰਦੇ ਜੀ ਜੇ ਹੁਣ ਜਲਦਬਾਜ਼ੀ 'ਚ ਕਰਾਇਆ ਗਿਆ ਹੁਣ ਜੇ ਭੋਗ 'ਤੇ ਗੱਲ ਆ ਜੀ ਅਤੇ ਇੱਦਾਂ ਕਹੀ ਜਾਂਦੇ ਨੇ ਵੀ ਚਲੋ ਛੇਤੀ ਛੇਤੀ ਨਿਬੇੜੋ ਇਹ ਵੀ ਤੁਹਾਡੇ ਬਾਅਦ 'ਚੋਂ ਬੰਦੇ ਫੜ ਲਾਂਗੇ ਹੁਣ ਕਹਿੰਦੇ ਪਹਿਲਾਂ ਕਹਿੰਦੇ ਸੰਸਕਾਰ 'ਤੇ ਸੰਸਕਾਰ ਕਰੋ ਬੰਦੇ ਫੜੀ ਜਾਣਗੇ ਫਿਰ ਜੇ ਫੁੱਲ ਵੀ ਉਹਨਾਂ ਨੇ ਇੱਦਾਂ ਧੱਕੇ ਨਾਲ ਜਾਣਾ ਹੁਣ ਕਹਿੰਦੇ ਭੋਗ ਕਰੋ ਫਿਰ ਬੰਦੇ ਫੜੀ ਜਾਣਗੇ ਇੱਕ ਜਿਹੜੀ ਮਾਲੀ ਮਦਦ ਸਰਕਾਰ ਵੱਲੋਂ ਤੁਹਾਨੂੰ ਦਿੱਤੀ ਗਈ ਸੀ ਐਲਾਨ ਕੀਤਾ ਗਿਆ ਸੀ ਹਾਂਜੀ ਹਾਂਜੀ ਐਲਾਨ ਹੀ ਕੀਤਾ ਸੀ ਜੀ ਸਿਰਫ ਅੱਛਾ ਉਹਨੇ ਜੇ ਤੁਹਾਨੂੰ ਕੀ ਤੁਸੀਂ ਇਹਨਾਂ ਲਾਉਂਗੇ ਜਾਂ ਕਿਸੇ ਨਹੀਂ 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 ਅਸੀਂ ਜੇ ਸਾਡੇ ਭਾਈ ਬੰਦੇ ਮੇਨ ਸਾਨੂੰ ਇਨਸਾਫ ਚਾਹੀਦਾ ਜੀ ਜਿਹੜੇ ਬੰਦੇ ਫੜੀਚਨ ਸਾਨੂੰ ਕੋਈ ਪੈਸੇ ਨਾਲ ਮਤਲਬ ਨਹੀਂ ਹੈਗਾ ਸਾਨੂੰ ਕੋਈ ਨੌਕਰੀ ਨਾਲ ਮਤਲਬ ਨਹੀਂ ਹੈਗਾ ਜੀ ਹੁਣ ਤੁਹਾਡਾ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਜੀ ਅਸੀਂ ਤਾਂ ਧਰਨਾ ਲਾਵਾਂਗੇ ਜੀ ਜੇ ਨਾ ਆਪਣੇ ਬੰਦੇ ਫੜਨਗੇ ਹਾਂਜੀ